ਸਲਾਮੀ ਦਿੱਤੀ ਹੈ ਜੋ ਕਿ ਵੋਟ ਦਿੱਤਾ ਹੈ, ਬਹੁਤ ਬਹੁਤ ਸ਼ੁਕਰੀਆ। ਕੱਲ ਜੀ ਨਵੇਂ ਬਲੌਗ 'ਤੇ ਸਾਰਿਆਂ ਦਾ ਸਵਾਗਤ ਆ। ਸੁੱਕੀ ਹਾਲ ਚਾਲ ਨੇ, ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਣੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਆਰੰਭ ਹੋ ਜਾ ਰਿਹਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ 'ਤੇ ਆਜੋ, ਤੁਹਾਨੂੰ ਨਗਰ ਕੀਰਤਨ ਦੇ ਦਰਸ਼ਨ ਕਰਾਉਣੇ ਆਜੋ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਅੱਜ ਸਾਡੇ ਯਾਦਗਾਰ ਸ਼ਹੀਦਾਂ ਪੱਤੀ ਬੁਲਟ ਬਿੱਟੇ ਗੁਰੂ ਘਰ ਵਿਖੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਹਿਲਾਂ 13 ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਨੇ ਸੰਗਤ ਨੇ ਸਮੂਹ ਪੱਥੇ ਦੁਲਟ ਦੀ ਗੁਰੂ ਘਰ ਦੀ ਕਮੇਟੀ ਵੱਲੋਂ ਸਮੂਹ ਪਤਵੰਤੇ ਸੱਜਣਾਂ ਨਾਲ ਰਾਗੀ ਢਾਡੀ ਕੀਰਤਨੀਏ ਨਾਲ ਹੁੰਦੇ ਸੀ। ਅੱਜ ਨਗਰ ਕੀਰਤਨਾ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ। ਕੱਤਕ ਦੀ ਪੂਰਨਮਾਸੀ ਜਿਹੜੀ ਕਹਿੰਦੇ ਨੇ, ਅੱਜ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਨਮ ਦਿਨ ਅੱਜ ਸੀ। ਅੱਜ ਹੈ ਜੀ, ਅੱਜ ਹੀ ਆਪਾਂ ਨਗਰ ਕੀਰਤਨ ਚਲਾਉਣੇ ਨੇ ਅੱਜ ਦੇ, ਹਰ ਸਾਲ ਦੀ ਤਰ੍ਹਾਂ, ਹਰ ਸਾਲ ਦੀ। ਠੀਕ ਹੈ ਤਾਂ ਪਾਲਕੀ ਸਾਹਿਬ ਉਧਰ ਤਿਆਰ ਆ? ਹਾਂਜੀ ਉਹ ਤਿਆਰ ਕਰਤੇ। ਮਹਾਰਾਜ ਦਾ ਸਰੂਪ ਆ ਗਿਆ? ਹਾਂਜੀ ਆ ਗਿਆ ਜੀ। ਠੀਕ ਹੈ, ਇਹ ਫੋਟੋ ਲਿਆਂਦੀ ਗੁਰੂ ਨਾਨਕ ਦੇਵ ਸਾਹਿਬ ਦੀ, ਇਹ ਆਪਣੀ ਸਟੇਜ ਵਾਲੀ ਗੱਡੀ ਤੇ ਲੱਗੂ ਢਾਡੀਆਂ ਵਾਲੀ ਤੇ। ਠੀਕ ਹੈ ਜੀ, ਹਾਂ ਤਾਂ ਉਹਦਾ ਟਰੈਕਟਰ ਤਿਆਰ ਹੋ ਜਾਂਦਾ, ਤਿਆਰੀਆਂ ਤੇ ਲੱਗੇ ਪਏ, ਤਿਆਰੀਆਂ ਤੇ ਲੱਗੇ ਪਏ। ਆਪਣੇ ਕੀਰਤਨ ਵਾਲੇ ਜਥੇ ਦਾ, ਸਿੰਘਾਂ ਦਾ ਕੀਰਤਨ। ਠੀਕ ਹੈ ਜੀ, ਇਹਤੇ ਕੀਰਤਨੀ ਜਥਾ ਇੱਧਰ ਭਾਈ ਵਿੱਕੀ ਸਿੰਘ ਬਾਹਰੇ ਗੱਡੀ ਸ਼ਿੰਗਾਰ ਰਹੇ ਨੇ, ਇਹਨਾਂ ਦੀ ਸਟੇਜ ਹੀ ਢਾਡੀਆਂ ਦੀ ਹੋਊਗੀ। ਠੀਕ ਹੈ, ਉੱਧਰ ਪਾਲਕੀ ਵਾਲੇ ਟਰੈਕਟਰ ਸ਼ਿੰਗਾਰੀ ਜਾਂਦੇ ਨੇ। ਆਹ ਟਰਾਲੀ ਸੱਜੀ ਪਈ ਆਪਣੀ, ਪ੍ਰਕਾਸ਼ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਗਏ ਨੇ। ਅੱਧਾ ਘੰਟਾ ਪੌਣੇ ਘੰਟੇ ਚ ਚੱਲ। ਕਿੰਨੇ ਵਜੇ ਰਵਾਨਾ ਹੋਈ ਨਗਰ ਕੀਰਤਨ? ਅੱਧਾ ਪੌਣਾ ਘੰਟਾ ਲੱਗੂ, 11 ਕੁ ਦੇ ਨੇੜੇ ਤੇ। ਠੀਕ ਹੈ, ਉਦੋਂ ਸੰਗਤ ਪ੍ਰਸ਼ਾਦਾ ਪਾਣੀ ਛਕ ਲੂ, ਜਿਹਨੇ ਨਹੀਂ ਪ੍ਰਸ਼ਾਦਾ ਪਾਣੀ ਛਕਿਆ ਉਹ ਲੰਗਰ ਤਿਆਰ ਆ ਜੀ, ਛਕੋ। ਧੰਨਵਾਦ ਜੀ। ਲਓ ਜੀ, ਇੱਧਰ ਪਾਲਕੀ ਸਾਹਿਬ ਨੂੰ ਜਾਣ ਵਾਸਤੇ ਜੋ ਟਰੈਕਟਰ ਤਿਆਰ ਕੀਤਾ, ਰਾਤ ਦੇ ਲੱਗੇ ਹੋਏ ਨੇ। ਪਹਿਲਾਂ ਟਰਾਲੀ ਤਿਆਰ ਕੀਤੀ ਹੈ ਪਾਲਕੀ ਸਾਹਿਬ ਵਾਲੀ, ਤਾਂ ਹੁਣ ਟਰੈਕਟਰ ਦੀਆਂ ਵੀ ਪੂਰੀਆਂ ਤਿਆਰੀਆਂ ਚੱਲਦੀਆਂ ਨੇ। ਇੱਧਰ ਵੀ ਤਿਆਰੀਆਂ ਫੁੱਲ ਚੱਲਦੀਆਂ ਨੇ, ਵੀ ਟਰਾਲੀ ਸੰਗਾਰੀ ਜਾਂਦੇ ਨੇ ਟਰੈਕਟਰ ਢਾਡੀ ਜਥੇ ਵਾਸਤੇ। ਸਿੰਘ ਪੂਰੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ। ਬਾਕੀ ਨਗਰ ਕੀਰਤਨ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ। ਬਹੁਤ ਵਿਸ਼ਾਲ ਨਗਰ ਕੀਰਤਨ ਹੁੰਦਾ, ਵੱਡਾ ਨਗਰ ਕੀਰਤਨ ਹੁੰਦਾ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ। ਪਹੁੰਚ ਗਈਆਂ ਸੰਗਤਾਂ, ਬਹੁਤ ਵੱਡੇ ਰੂਪ ਦੇ ਵਿੱਚ ਨਗਰ ਕੀਰਤਨ ਆ, ਜੋ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੇ ਹਿਸਾਬ ਨਾਲ ਮਨਾਇਆ ਜਾਂਦਾ, ਤਾਂ ਸਾਲ ਬਾਅਦ ਨਗਰ ਕੀਰਤਨ ਕੱਢਿਆ ਜਾਂਦਾ। ਬਾਕੀ ਤੁਸੀਂ ਦੇਖ ਸਕਦੇ ਹੋ। ਹੋਰ ਜੀ, ਵਾਹਿਗੁਰੂ ਦਾ ਖਾਲਸਾ। ਵਾਹਿਗੁਰੂ ਸੰਗਤਾਂ ਦਾ ਪਿਆਰ ਦੇਖ ਸਕਦੇ ਹੋ, ਸੰਗਤਾਂ ਦੀ ਸ਼ਰਧਾ ਦੇਖ ਸਕਦੇ ਹੋ। ਤਾਂ ਇੱਕ ਇਨਾਮ ਵੀ ਰੱਖਿਆ ਹੋਇਆ, 300 ਰੁਪਏ ਦੀ ਟਿਕਟ ਆ ਲਾਟਰੀ,
ਬੰਪਰ ਕੱਢਿਆ ਜਾਊਗਾ। ਜੇ ਤੁਸੀਂ 300 ਦੀ ਟਿਕਟ ਭਰਨੀ ਹੈ ਤੇ ਸੇਵਾ ਵੀ ਹੈ ਸ੍ਰੀ ਦਰਬਾਰ ਸਾਹਿਬ ਦੀ, ਸਾਰੀ ਦਾ ਕੰਮ ਚੱਲ ਰਿਹਾ, ਤਾਂ ਤੁਸੀਂ 300 ਦੀ ਟਿਕਟ ਭਰ ਕੇ ਆਹ ਟਰੈਕਟਰ ਜਿੱਤ ਸਕਦੇ ਹੋ। 4x4 ਟਰੈਕਟਰ ਆ ਤੁਸੀਂ ਦੇਖ ਸਕਦੇ ਹੋ, 300 ਦੇ ਵਿੱਚ ਮੈਨੂੰ ਜਿੱਤੋ। ਵਾਹਿਗੁਰੂ ਵਾਹਿਗੁਰੂ। ਬਾਬਾ ਮਾੜਾ ਪਿੱਛੇ ਹਰਿਆ ਨੇ ਮੰਗਲ ਮਾਏ, ਹਰਿਆ ਨੇ ਮੰਗਲ ਮਾਏ, ਹਰਿਆ ਨੇ ਮੰਗਲ ਹਰਿਆ ਨੇ ਮੰਗਲ ਮਾਏ, ਹਰਿਆ ਨੇ ਮੰਗਲ ਵਾਹਿਗੁਰੂ।
ਨਾਚ ਗਾਉਂਦੀਆਂ ਮੇਰੇ ਦੀਆਂ ਪਰੀਆਂ ਫੁੱਲ ਬਰਸਾਂ ਦੇ ਦੇ ਵਾਹਿਗੁਰੂ ਤੁਹਾਨੂੰ ਵਾਹਿਗੁਰੂ ਲਓ ਜੀ ਨਗਰ ਕੀਰਤਨ, ਵਿਸ਼ਾਲ ਨਗਰ ਕੀਰਤਨ ਤੁਹਾਨੂੰ ਦਿਖਾ ਰਿਹਾ ਤਾਂ ਝਾੜੂ ਵਾਲੀਆਂ ਸੰਗਤਾਂ ਤਾਂ ਇੱਧਰ ਸੇਵਾਦਾਰ ਰਣਜੀਤ ਸਿੰਘ ਪਨਾਹ ਕਰ ਰਹੇ ਨੇ ਠੀਕ ਠਾਕ। ਹਾਂਜੀ ਰਣਜੀਤ ਸਿੰਘ ਜੀ, ਕੀ ਕਹੋਗੇ ਇਹ ਬਾਰੇ ਜੋ ਆਪਣਾ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਆਰੰਭ ਹੁੰਦਾ ਹੈ ਗੁਰਦੁਆਰਾ ਸਾਹਿਬ ਵਿਖੋਂ ਤਾਂ ਬਹੁਤ ਵਿਸ਼ਾਲ ਇਕੱਠ ਹੁੰਦਾ ਹੈ, ਇਹਦੇ ਬਾਰੇ ਕੀ ਸ਼ਰਧਾ ਜੀ? ਦੇਖੋ ਇਸ ਗੁਰਦੁਆਰੇ ਨਵੇਂ ਦੇਖੋ ਕੋਈ ਜ਼ਮੀਨ ਨਹੀਂ, ਠੀਕ ਹੈ, ਇਹ ਜਿੰਨਾ ਧਾਮ ਜਾਮ ਹੁੰਦਾ ਆ ਸਾਰਾ ਇੱਕ ਲੋਕਾਂ ਦੇ ਸ਼ਕਤੀ ਹੁੰਦਾ, ਸਾਰੀ ਸੰਗਤ ਜਾਨੀ ਕਿ ਸੇਵਾਦਾਰ ਆਪ ਮਹਾਰੇ, ਹਾਂ ਆਪ ਮਹਾਰੇ ਆਉਂਦੇ ਆ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੇ ਆ, ਆਪ ਸਾਮੀ ਹੋਈ ਆ ਜਿਹੜੇ ਮੁੰਡੇ ਆਪ ਸੇਵਾ ਕਰਦੇ ਨੇ। ਜੋ ਇੱਥੇ ਇੱਕ ਲਾਟਰੀ ਵੰਪਰ ਚੱਲਦਾ ਉਹਦਾ ਕੀ ਸਿਸਟਮ ਹੈ? ਉਹਦਾ ਸਿਸਟਮ ਇਹ ਆ ਜੀ, ਦੇਖੋ ਪਹਿਲਾਂ ਵਾਲੇ ਸਾਲ ਵੀ ਪਾਇਆ ਸੀ 4x4 ਟਰੈਕਟਰ ਕੱਢਿਆ ਸੀਗਾ, ਇਹ ਤੁਹਾਨੂੰ ਪਤਾ ਵੀ ਕੋਈ ਕਰ ਲਵੇ ਕੋਈ ਜ਼ਮੀਨ ਨਹੀਂ ਕੋਈ ਆਮਦਨ ਦਾ ਸਾਧਨ ਨਹੀਂ, ਇਹ ਵੀ ਤੁਹਾਨੂੰ ਪਤਾ ਵੀ ਜਦੋਂ ਉੱਥੇ ਆਮਦਨ ਦਾ ਸਾਧਨ ਹੋਵੇ ਬਣਦਾ ਸੰਗਤ ਦੀ ਸੰਗਤ ਨਾਲ ਹੁੰਦਾ। ਹੁਣ ਜਿੰਨਾ ਪੈਸਾ ਇਕੱਠਾ ਪਹਿਲਾਂ ਹੋਇਆ ਜੀ ਉਹ ਸਾਰਾ ਦਰਬਾਰ ਸਾਹਿਬ ਤੇ ਲੱਗਿਆ, ਠੀਕ ਆ, ਜਿੰਨਾ ਪੈਸਾ ਸੀ ਜਾਨੀ ਕਿ ਇੱਕ ਵੱਡੇ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ, ਸਾਰੀ ਵਾਸਤੇ ਉਹ ਕੰਮ ਚੱਲ ਰਿਹਾ, ਜਾਨੀ ਕਿ ਆਮਦਨ ਦਾ ਸਾਧਨ ਕੋਈ ਹੈ ਨਹੀਂ, ਆਮਦਨ ਦਾ ਸੋਰਸ ਕੋਈ ਨਹੀਂ, ਤਾਂ ਉਹਦੇ ਵਾਸਤੇ ਇੱਕ ਲਾਟਰੀ ਬੰਪਰ ਰੱਖਿਆ ਗਿਆ, ਨਾਲੇ ਫਲੀਆਂ ਤਾਂ 300 ਰੁਪਏ ਦੀ ਲੋਕ ਆਮਦਨ ਆਪਦੇ ਘਰੇ ਲਿਆਉਂਦੇ ਨੇ, ਆਪਣੇ ਬਣਾਇਆ ਇਹ ਗੁਰੂ ਘਰ ਤੇ ਆ। ਹੋਰ ਸਾਰਿਆਂ ਨੂੰ ਵੱਡੀ ਗੱਲ ਆ, ਗੁਰੂ ਘਰ ਦੀ ਜਿੰਨੀ ਕਮੇਟੀ ਆ ਜਿੰਨੀ ਵੀ ਗੁਰੂ ਘਰ ਦੀ ਕਮੇਟੀ ਉਹਦੀ ਕਿਸੇ ਦੀ ਪਰਚੀ ਨਹੀਂ ਪਾਈ ਹੋਊਗੀ, ਬਾਈ ਜਾਨ ਸੇ ਕਹਿੰਦੀ ਭੁੱਲ ਭੁਲੇਖੇ ਪਏਗੀ ਜਾਂ ਪਵਾਤੀ ਜਾਂ ਜਾਣ ਕੇ ਪਾਤੀ ਕਿਸੇ ਬੰਦੇ ਨੇ, ਜੇ ਗੁਰੂ ਘਰ ਦੇ ਮੈਂਬਰ ਨੂੰ ਕੁਛ ਨਿਕਲਿਆ ਆ ਉਹ ਪਰਚੀ ਵੀ ਨਹੀਂ ਜਾਊਗੀ, ਉਹ ਦੁਬਾਰੇ ਕਢਾਈ ਜਾਊ, ਸਾਰਾ ਲਾਈਵ ਆ ਜਾਣ ਕੇ ਜਿਹੜੇ ਗੁਰੂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹਨਾ, ਇਹ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ, ਜਾਣ ਕੇ ਉਹਨਾਂ ਦੀ ਆਪਦੀ ਪਰਚੀ ਨਹੀਂ, ਆਪਦੀ ਪਰਚੀ ਆਪ ਨੂੰ ਤਾਂ ਉਹਨਾਂ ਨੂੰ ਨਿਕਲ ਹੀ ਨਹੀਂ ਸਕਦਾ। 4x4 ਟਰੈਕਟਰ ਤਾਂ ਅੱਜ ਨਗਰ ਕੀਰਤਨ ਦੇ ਵਿੱਚ ਵੀ ਲੈ ਕੇ ਆਏ ਨੇ, 300 ਰੁਪਏ ਦੀ ਟਿਕਟ ਹੈ, 500 ਦੀਆਂ ਦੋ ਹਨਾ ਸ਼ਾਇਦ, ਇੱਦਾਂ ਹੀ 1000 ਦੀਆਂ 4,
ਤਾਂ ਵੱਧੋ ਵੱਧ ਤੁਸੀਂ ਲਾਟਰੀ ਬੰਪਰ ਪਾ ਸਕਦੇ ਹੋ ਬਈ, ਤਾਂ 4x4 ਟਰੈਕਟਰ ਜਿੱਤ ਸਕਦੇ ਹੋ ਤੁਹਾਨੂੰ। ਬਾਬਾ ਜੀ ਇੱਕ ਬੋਤਲ ਦਿਓ ਪਾਣੀ ਦੀ, ਪਾਣੀ ਦੀ ਬੋਤਲ ਦਿਓ। ਲਓ ਜੀ ਇੱਧਰ ਪਾਣੀ ਦੀ ਸੇਵਾ ਚੱਲ ਰਹੀ ਹੈ। ਲਓ ਜੀ ਲਓ ਲਓ ਵੀਰ ਜੀ ਲਓ, ਸਾਡੇ ਬੂਟਾ ਸਾਹਿਬ ਪਹੁੰਚੇ ਹੋਏ ਨਗਰ ਕੀਰਤਨ ਦੇ ਵਿੱਚ। ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਨਗਰ ਕੀਰਤਨ ਦੇ, ਪਟਵਾਰੀ ਸਾਹਿਬ ਆ ਸਰਪੰਚ ਨੇ, ਬਾਬਾ ਉਦੇ ਪਾਲ ਸਿੰਘ ਜੀ ਪਿੰਡੀ ਆ, ਸਾਡਾ ਪੰਮਾ ਉਸਤਾਦ ਆ, ਅਸੀਂ ਤਾਂ ਸਾਡੇ ਸਾਬਕਾ ਮੈਂਬਰ ਨੇ ਜੀ, ਬਹੁਤ ਹੀ ਅਤਿ ਇਕੱਠ ਬਹੁਤ ਵੱਡਾ ਗੱਲ ਹੈ। ਜਲੇਬੀ ਚੱਲਦੀ ਆ ਲਓ ਜੀ। ਸੁਖਵਿੰਦਰ ਸਿੰਘ ਹਰ ਸਾਲ ਸੇਵਾ ਕਰਦੇ ਨੇ ਸੰਤ ਦੀ ਪਾਣੀ ਦੀ, ਤਾਂ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਦੇ ਅੱਗੇ ਮਠਿਆਈਆਂ ਵੰਡੀਆਂ ਜਾਂਦੀਆਂ ਨੇ। ਪਿਛਲੇ ਪਾਸੇ ਕੀਰਤਨ ਵਾਲੇ ਜਥੇ ਨੂੰ ਜੀ ਕਿਹੋ ਥੋੜਾ ਜਿਹਾ ਅੱਗੇ ਇੱਕ ਗੰਦ ਸਲਾਹੀਆਂ ਬੀਬੀਆਂ, ਖੀਵਾ ਖੁਰਦ ਵਾਲੀਆਂ ਬੀਬੀਆਂ, ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ
ਬਹੁਤ ਬਹੁਤ ਰਹੀ ਆ। ਫਿਰ ਉਹਨੇ ਗੁਰੂ ਮਹਾਰਾਜ ਨੂੰ ਸਲਾਮੀ ਦਿੱਤੀ ਹੈ, ਜੋ ਕਿ ਜ਼ਰੂਰ ਕੀਤਾ, ਬਹੁਤ ਬਹੁਤ ਸ਼ੁਕਰੀਆ। ਆਓ ਜੀ ਕਰਾਵਾ
ਥੱਲੀ ਛੇੜਦੀ ਥੱਲੀ ਚੱਲ